ਹਲਕਾ ਫਲੋਰ ਦੇ ਪਿੰਡ ਅੱਟਾ ਦੇ ਵਾਸੀ ਨਰਕ ਭਰੀ ਜ਼ਿੰਦਗੀ ਜਿਉਂਦੇ ਲਈ ਮਜਬੂਰ ਹਨ, ਜਿਨ੍ਹਾਂ ਨੂੰ ਪਿੰਡ 'ਚ ਸੀਵਰੇਜ ਦੀ ਸਮੱਸਿਆ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦਾ ਅੱਜ ਤੱਕ ਕਿਸੇ ਨੇ ਵਿਕਾਸ ਨਹੀਂ ਕੀਤਾ ਅਤੇ ਜਿਹੜਾ ਜਿਹੜਾ ਸਰਪੰਚ ਬਣਿਆ ਉਸਨੇ ਆਪਣਾ ਹੀ ਢਿੱਡ ਭਰਿਆ ਹੈ ਅਤੇ ਕਿਸੇ ਵੀ ਨੇਤਾ ਮੰਤਰੀ ਨੇ ਗਰੀਬਾਂ ਦੇ ਹੱਕ 'ਚ ਆਵਾਜ਼ ਨਹੀਂ ਉਠਾਈ ਅਤੇ ਕਿਹਾ ਕਿ ਪਿੰਡ ਦੇ ਛੱਪੜ ਦੇ ਪਾਣੀ ਦਾ ਵੀ ਕੋਈ ਹੱਲ ਨਹੀਂ ਹੋ ਰਿਹਾ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ। ਅਸੀਂ ਤਾਂ ਕੋਈ ਵਧੀਆ ਵਿਕਾਸ ਦੇਖਿਆ ਨਹੀਂ, ਜਿਸ ਦਿਨ ਦੇ ਵੀ ਮਤਲਬ ਸਾਡੀ ਉਮਰ ਵੀ 60-65 ਸਾਲ ਦੀ ਹੋ ਗਈ, ਕੋਈ ਵਿਕਾਸ ਨਹੀਂ ਹੋ ਰਿਹਾ ਵਧੀਆ। ਆਹੀ ਹਾਲ ਹੈ, ਅਸੀਂ ਤਾਂ ਆਪੇ ਇੱਥੇ ਨਾਲੀਆਂ ਆਪੇ ਕੱਢੀਏ ਆਪੇ ਸਫਾਈ। ਇਹ ਕਹਿੰਦੇ ਵੀ ਪਾਣੀ ਦਾ ਵਿਕਾਸ ਹੋਣਾ ਚਾਹੀਦਾ, ਪਾਣੀ ਨਿਕਲਣਾ ਚਾਹੀਦਾ, ਸਾਡੇ ਪਿੰਡ ਛੱਪੜ ਸਾਫ਼ ਹੋਣੇ ਚਾਹੀਦੇ ਆ, ਗਲੀਆਂ ਨਾਲੀਆਂ ਸੁਥਰੀਆਂ ਹੋਣੀਆਂ ਚਾਹੀਦੀਆਂ। ਹੋਰ ਤਾਂ ਪਿੰਡ ਦਾ ਵੱਡਾ ਵਿਕਾਸ ਸਾਰੇ ਸਾਡੇ ਮੁਹੱਲੇ ਦੇ ਵਿੱਚ, ਸਾਡੇ ਪੂਰੇ ਪਿੰਡ ਦੇ ਵਿੱਚ ਇਹੀ ਆ ਕਿ ਪੂਰਾ ਪਾਣੀ ਬਾਹਰ ਜਾਣਾ ਚਾਹੀਦਾ। ਦੇਖੋ ਜੀ, ਅਸੀਂ ਤਾਂ ਇਹ ਕਹਿੰਦੇ ਹਾਂ ਬਈ ਮੌਜੂਦਾ ਸਰਕਾਰ ਜਿਹੜੀ ਆ, ਮਤਲਬ ਅਸੀਂ ਕਹਿੰਦੇ ਹਾਂ ਵੀ ਕੋਈ ਵੀ ਸਰਕਾਰ ਅਸੀਂ ਬਦਲੀ ਕਰਨੀ ਚਾਹੁੰਦੇ ਹਾਂ ਸਰਕਾਰ, ਪਰ ਸਾਡੇ ਹੱਕ ਅਸੀਂ ਕਿੱਦਾਂ ਬਦਲ ਦਿਆਂਗੇ। ਅਸੀਂ ਤਾਂ ਚਾਹੁੰਦੇ ਹਾਂ ਵੀ ਬਦਲੇ, ਜਿਹੜਾ ਕੋਈ ਪਿੰਡ ਦਾ ਵਿਕਾਸ ਹੋ ਜਾਵੇ, ਕੋਈ ਏਰੀਏ ਦਾ ਵਿਕਾਸ ਹੋ ਜਾਵੇ। ਗੱਲ ਹੈ ਜੀ, ਕਿਸੇ ਵੀ ਅੱਜ ਤੱਕ ਕਿਸੇ ਨੇ ਵੀ ਵਿਕਾਸ ਨਹੀਂ ਕੀਤਾ। ਪੰਚਾਇਤਾਂ ਬਹੁਤ ਦੇਖੀਆਂ, ਜਿਹੜਾ ਜਿਹੜਾ ਸਰਪੰਚ ਬਣਿਆ ਉਹਨੇ ਆਪਣੇ ਢਿੱਡ ਭਰਿਆ। ਆ ਛੱਪੜ ਜਿਹੜਾ ਸਾਡੇ ਪਹਿਲੇ ਸੇ ਪਿੰਡ ਦਾ ਪਾਣੀ ਛੱਪੜ ਦੇ ਵਿੱਚ ਆਉਂਦਾ, ਜਿਹੜਾ ਸਤਿਆਨਾਥ ਸਰਪੰਚ ਨੇ ਇੱਕ ਬਣਾ ਕਰ ਦਿੱਤਾ, ਇਹ ਘੱਟੋ ਘੱਟ 30 ਫੁੱਟ ਡੂੰਘਾ ਕਰ ਦਿੱਤਾ। ਨਾ ਇਹ ਦੁਬਾਰਾ ਭਰਨ ਵਾਲਾ, ਨਾ ਇਹ ਚੋਂ ਪਾਣੀ ਚੁੱਕਣ ਵਾਲਾ, ਨਾ ਇਹਦਾ ਪਾਣੀ ਦਾ ਵਿਕਾਸ ਕਿਤੇ ਬਾਹਰ ਹੈ ਨਹੀਂ ਜਾਣ ਨੂੰ। ਹਾਂਜੀ, ਪਾਣੀ ਆ ਦੇਖੋ, ਆਪ ਨੇ ਦੇਖ ਲਿਆ ਕਿ ਜੇ ਉਹ ਸਮਾਂ ਖਿੱਚ ਕੇ ਫੋਟੋਆਂ ਗੌਰਮੈਂਟ ਨੂੰ ਦੇਵੋ। ਕੋਈ ਵੀ ਅੱਜ ਤਾਈਂ ਮੰਤਰੀ ਬਣ ਕੇ ਆ ਗਿਆ ਵਿਧਾਨ ਸਭਾ ਪਾਰਲੀਮੈਂਟ ਦਾ, ਕਿਸੇ ਨੇ ਗਰੀਬਾਂ ਦੇ ਬਾਰੇ ਆਵਾਜ਼ ਨਹੀਂ ਉਠਾਈ। ਇਸ ਵੇਲੇ ਸਾਡੇ ਗਰੀਬ ਭਾਈਚਾਰੇ ਦੇ 4-4 ਹਜ਼ਾਰ, 3-3 ਹਜ਼ਾਰ, 5-5 ਹਜ਼ਾਰ ਬਿਜਲੀ ਦਾ ਬਿੱਲ ਆਉਂਦਾ। ਇਹਨਾਂ ਦੇ ਘਰਾਂ ਦੇ ਵਿੱਚ ਕਾਰਖਾਨੇ ਲੱਗੇ ਹੋਏ ਆ, ਇਹਨਾਂ ਦੇ 10 ਹਾਊਸ ਪਾਵਰ ਦੀਆਂ ਮੋਟਰਾਂ ਲੱਗੀਆਂ ਹੋਈਆਂ, ਇਹ ਆਪਣੇ ਬੱਚਿਆਂ ਦਾ ਦਿਹਾੜੀ ਕਰਕੇ ਪੇਟ ਪਾਲਦੇ ਆ। ਇਹਨਾਂ ਨੂੰ ਕਮ ਸੇ ਕਮ ਕੀ ਸਹੂਲਤ ਦਿੱਤੀ ਜਾਂਦਾ ਇਹਨਾਂ ਦੀਆਂ ਵੋਟਾਂ ਲੈ ਕੇ? ਕੁਛ ਅੱਧ ਨਾਲੋਂ ਜ਼ਿਆਦਾ ਰਹਿੰਦੇ ਵੀ ਆ, ਜਿੱਦਾਂ ਕਿ ਜ਼ਿਆਦਾ ਪ੍ਰੋਬਲਮ ਛੱਪੜਾਂ ਦੀ ਜ਼ਿਆਦਾ ਪ੍ਰੋਬਲਮ ਹੈ, ਨਾਲੀਆਂ ਦੀ, ਛੱਪੜਾਂ ਦੀ ਜ਼ਿਆਦਾ ਪ੍ਰੋਬਲਮ ਬਹੁਤ ਜ਼ਿਆਦਾ ਆ। ਪਾਣੀ ਰਾਹਾਂ ਦੇ ਵਿੱਚ ਖੜਦਾ ਆ, ਐਸੀ ਮੁਹੱਲੇ ਦੇ ਵਿੱਚ ਜ਼ਿਆਦਾ ਆ, ਜਿਹੜਾ ਐਸੀ ਮੁਹੱਲੇ ਦੇ ਵਿੱਚ ਛੱਪੜਿਆ ਇਹ ਬਹੁਤ ਜ਼ਿਆਦਾ ਮਾਰ ਕਰਦਾ, ਪ੍ਰੋਬਲਮ ਦਿੰਦਾ ਰਾਹ, ਜਦੋਂ ਮੀਂਹ ਨਿਕਲਣ ਪੈਂਦਾ ਰਾਹ ਕਾਫੀ ਖੜ ਜਾਂਦਾ ਪਾਣੀ, ਤਕਰੀਬਨ ਫੁੱਟ ਫੁੱਟ 1.5-1.5 ਫੁੱਟ ਪਾਣੀ ਖੜ ਜਾਂਦਾ ਰਾਹ। ਰੱਖਦੇ ਹਾਂ ਵੀ ਸਾਡੀਆਂ ਜਿਹੜੀਆਂ ਲੋੜਾਂ ਆ, ਇਹ ਪਾਣੀ ਦੀ ਛੱਪੜਾਂ ਸਮੱਸਿਆ ਆ, ਇਹ ਸਾਡਾ ਹੱਲ ਕਰਨ, ਅਸੀਂ ਇਹਨਾਂ ਦੀ ਪੰਚਾਇਤ ਸਾਰੇ ਦਾ ਧੰਨਵਾਦ ਕਰਦੇ ਹਾਂ। ਜਦੋਂ ਇਸ ਮਾਮਲੇ ਸੰਬੰਧੀ ਪਿੰਡ ਦੇ ਸਰਪੰਚ ਮੋਹਨ ਲਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿੰਡ 'ਚ ਕੋਈ ਅਜਿਹਾ ਸਿਸਟਮ ਨਹੀਂ ਬਣਿਆ ਜਿਸ ਨਾਲ ਗੰਦੇ ਪਾਣੀ ਦਾ ਨਿਕਾਸ ਹੋ ਸਕੇ, ਲੇਕਿਨ ਹੁਣ ਉਹਨਾਂ ਦੀ ਕੋਸ਼ਿਸ਼ ਹੈ ਕਿ ਪਹਿਲਾਂ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਅਤੇ ਗਲੀਆਂ ਨਾਲੀਆਂ ਦਾ ਨਿਰਮਾਣ ਕੀਤਾ ਜਾਵੇ। ਇਹ ਬਾਰੇ ਜੀ ਕਿ ਪਹਿਲਾਂ ਕੁਛ ਇੱਦਾਂ ਸਿਸਟਮ ਨਹੀਂ ਬਣਿਆ ਹੈਗਾ ਕਿ ਪਾਣੀ, ਗੰਦੇ ਪਾਣੀ ਦਾ ਨਿਕਾਸ ਹੋ ਸਕੇ, ਹੁਣ ਸਾਡੀ ਕੋਸ਼ਿਸ਼ ਇਹ ਨਹੀਂ ਰਹੇਗੀ ਕਿ ਅਸੀਂ ਉਸ ਪਾਸੇ ਨੂੰ ਚੱਲਿਆ ਜਾਵੇ। ਹੁਣ ਛੱਪੜਾਂ 'ਤੇ ਕੰਮ ਕਰਨ ਦਾ ਹੈਗਾ ਸਾਡਾ ਪਲੈਨ, ਅਤੇ ਪਹਿਲੇ ਛੱਪੜਾਂ 'ਤੇ ਹੋਵੇ, ਫਿਰ ਜਿਹੜੀਆਂ ਕਿਤੇ ਗਲੀਆਂ ਨਾਲੀਆਂ ਦੇ ਵਿੱਚ ਕਿਤੇ ਪਾਣੀ ਖੜਾ, ਉਹ ਜਿੱਥੇ ਨਾਲੀ ਕੋਈ ਟੁੱਟੀ ਆ ਉਹਦਾ ਨਿਰਮਾਣ ਹੋਵੇ। ਤਾਂ ਜਾਣੀ ਸਟੈਪ ਬਾਈ ਸਟੈਪ ਪਹਿਲਾਂ ਜਿਹੜੀ ਜ਼ਰੂਰੀ ਆ ਪਾਣੀ ਦਾ ਨਿਕਾਸ, ਇਹ ਜ਼ਰੂਰੀ ਆ, ਅਸੀਂ ਇਹਦੇ ਵੱਲ ਨੂੰ ਧਿਆਨ ਰੱਖਾਂਗੇ। ਥੋੜ੍ਹੇ ਇੱਦਾਂ ਦੀ ਨਹੀਂ ਕੋਈ ਐਡ ਆਈ, ਉਹ ਤਾਂ ਨਰੇਗਾ ਦੇ ਤਹਿਤ ਅਸੀਂ ਸਟਾਰਟ ਕੀਤਾ ਕੰਮ, ਸਫਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਆ। ਅਤੇ ਇੱਧਰ ਹੋਈ ਆਪਣੇ ਸ਼ਮਸ਼ਾਨ ਘਾਟ ਆ, ਹੋਰ ਇੱਧਰ ਕੁਟੀਆ ਬਾਬਾ ਸਰਮੁਖ ਦੇਵ ਜੀ ਹਨਾ, ਅਤੇ ਲੇਕਿਨ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਉਹਨਾਂ ਗ੍ਰਾਂਟ ਪਾਏ ਸੀਗੇ ਮਤੇ, ਉਹਨਾਂ ਅਕੋਰਡਿੰਗ ਹੀ ਉਹ ਕੰਮ ਹੋ ਸਕਿਆ। ਤੁਸੀਂ ਹੁਣ ਸਰਕਾਰਾਂ ਤੋਂ ਕੀ ਆਸ ਰੱਖਦੇ ਹੋ ਜੀ? ਸਰਕਾਰ ਤੋਂ ਅਸੀਂ ਇਹੀ ਆਸ ਰੱਖਦੇ ਹਾਂ ਜੀ ਕਿ ਪਿੰਡ ਜਿਹੜੇ ਵੀ ਪਿੰਡ ਹੈਗੇ ਆ, ਅਸਲ 'ਚ ਹੈ ਤਾਂ ਸਾਰੇ ਇੰਡੀਆ ਦੇ ਹੀ ਆ, ਸਾਰਿਆਂ ਦੇ ਵਿੱਚ ਵਿਕਾਸ ਹੋਣਾ ਚਾਹੀਦਾ, ਸਾਡਾ ਪਿੰਡ ਵੀ 'ਚ ਵੀ ਵਿਕਾਸ ਹੋਣਾ ਚਾਹੀਦਾ। ਤੁਹਾਡੇ ਪਿੰਡ 'ਚ ਕਿੰਨਾ ਵਿਕਾਸ ਵਧੀਆ ਹੋਇਆ ਜੀ? ਵਿਕਾਸ ਯਾਨੀ ਜੋ ਚਾਹੀਦਾ ਸੀਗਾ ਸਿਸਟਮ ਉਹ ਨਹੀਂ ਹੋਇਆ, ਵਿਕਾਸ ਜਿਹੜਾ ਉਹ ਨਹੀਂ ਹੋਇਆ ਹੈ। ਬਿਊਰੋ ਰਿਪੋਰਟ, ਸਾਂਝ ਟੀਵੀ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ ਯੂਟਿਊਬ ਚੈਨਲ ਸਾਂਝ ਟੀਵੀ।